ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਲੱਗੇ ਆਪਾਂ ਇੱਕ ਔਰਗੈਨਿਕ ਫਰਟੀਲਾਈਜ਼ਰ ਬਣਾਉਣ, ਜਿਹੜਾ ਕਿ ਆਪਣੇ ਪਲਾਂਟਸ ਵਾਸਤੇ ਬਹੁਤ ਹੀ ਵਧੀਆ ਹੁੰਦਾ, ਵਧੀਆ ਇੱਕ ਖਾਦ ਅਤੇ ਇੱਕ ਕੀਟਨਾਸ਼ਕ ਦਾ ਵੀ ਕੰਮ ਕਰਦੇ ਆ। ਇਹ ਆਪਾਂ ਲਗਭਗ 1.5-2 ਕਿਲੋ ਦੇ ਕਰੀਬ ਜਿਹੜਾ ਪਿਆਜ਼ ਦਾ ਛਿਲਕਾ ਆ ਉਹ ਲੈ ਕੇ ਆਉਂਦਾ, ਆਮ ਹੀ ਪਿਆਜ਼ ਵਾਲੇ ਜਿਹੜੇ ਆਪਣੇ ਹੁੰਦੇ ਆ ਮੰਡੀਆਂ ਦੇ ਵਿੱਚ ਉਹਨਾਂ ਕੋਲੋਂ ਆਰਾਮ ਦੇ ਨਾਲ ਮਿਲ ਜਾਂਦਾ, ਪਰ ਉਹਨਾਂ ਵਾਸਤੇ ਤਾਂ ਇਹ ਵਾਸਤੇ ਇੱਕ ਬਹੁਤ ਹੀ ਵਧੀਆ ਇਹ ਖਾਦ ਆ। ਮੈਂ ਇਹਦੀ ਹਮੇਸ਼ਾ ਤੋਂ ਵਰਤੋਂ ਕਰਦੀ ਹਾਂ, ਤਾਂ ਅੱਜ ਪਹਿਲੇ ਦਿਨ ਮੈਂ ਤੁਹਾਡੇ ਨਾਲ ਵੀ ਇਹਦੀ ਵੀਡੀਓ ਜਿਹੜੀ ਉਹ ਸ਼ੇਅਰ ਕਰਨ ਲੱਗੀ ਹਾਂ। ਇਹਦੀ ਤੁਸੀਂ ਸਪਰੇਅ ਵੀ ਕਰ ਸਕਦੇ ਹੋ, ਇਹਨੂੰ ਤੁਸੀਂ ਪਲਾਂਟ ਦੇ ਜਿਹੜਾ ਮੁੱਢਾ ਦੇ ਵਿੱਚ ਉਹ ਵੀ ਪਾ ਸਕਦੇ ਹੋ, ਇਹਦੇ ਨਾਲ ਕੋਈ ਵੀ ਜਿਹੜੀ ਫੰਗਸ ਵਗੈਰਾ ਵਾ ਉਹ ਨਹੀਂ ਲੱਗਦੀ। ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਦੇਖੋ ਇੱਕ ਡਰੰਮ ਲੈ ਲਿਆ, ਇਹਨੂੰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਸਾਰਾ ਹੀ, ਕਿਉਂਕਿ ਆਪਾਂ ਇਕੱਠਾ ਹੀ ਇੱਕ ਵਾਰੀ ਬਣਾ ਕੇ ਰੱਖ ਲੈਣ ਲੱਗੇ ਆ ਅਤੇ ਫਿਰ ਸਾਲ ਆਰਾਮ ਦੇ ਨਾਲ ਨਿਕਲ ਜਾਣਾ। ਕਾਫੀ ਛਿਲਕਾ ਆਇਆ, ਇਹ 2 ਕਿਲੋ ਛਿਲਕਾ ਕਰੀਬ ਹੈਗਾ। ਹਫ਼ਤੇ ਦੇ ਵਿੱਚ ਬਿਲਕੁਲ ਰੈਡੀ ਹੋ ਜਾਣਾ ਵਰਤਣ ਵਾਸਤੇ, ਅਤੇ ਤੁਸੀਂ ਹਫ਼ਤੇ ਤੋਂ ਬਾਅਦ ਜਿਹੜਾ ਇਹਨੂੰ ਆਸਾਨੀ ਦੇ ਨਾਲ ਵਰਤ ਸਕਦੇ ਹੋ। ਇਹ ਸਾਰਾ ਆਪਾਂ ਇਹਦੇ ਵਿੱਚ ਦੇਖੋ ਪਾ ਦਿੱਤਾ। ਇਹਦੇ ਵਿੱਚ ਆਪਾਂ ਜਿਹੜੀਆਂ 2 ਇਸ ਤਰ੍ਹਾਂ ਗੁੜ ਦੀਆਂ ਪੇਸੀਆਂ ਆ ਉਹ ਵੀ ਪਾ ਦੇਣੀਆਂ। ਮੇਰੇ ਕੋਲ ਤਾਂ ਕਾਫੀ ਪੁਰਾਣਾ ਗੁੜ ਜਿਹੜਾ ਮੈਂ ਲਿਆਂਦਾ ਆ, ਤੁਸੀਂ ਚਾਹੋ ਤਾਂ ਕੋਈ ਨਵਾਂ ਗੁੜ ਵੀ ਪਾ ਸਕਦੇ ਹੋ, ਉਹ ਤੁਹਾਡੇ ਕੋਲ ਜਿਸ ਤਰ੍ਹਾਂ ਦਾ ਵੀ ਹੋਵੇ ਤੁਸੀਂ ਵਰਤ ਸਕਦੇ ਹੋ, ਮੈਂ ਤਾਂ ਇਹੀ ਪਾ ਦੇਣ ਲੱਗੀ ਹਾਂ। ਅਤੇ ਹੁਣ ਇਹਨੂੰ ਆਪਾਂ ਪਾਣੀ ਦਾ ਭਰ ਦੇਵਾਂਗੇ ਉੱਤੋਂ ਬਿਲਕੁਲ। ਇਹਦੇ ਨਾਲ ਹੀ ਆਪਾਂ ਲੈ ਰਹੇ ਹਾਂ ਜੀ ਲਸਣ, ਇਹ 2 ਕਿਲੋ ਹੀ ਲਸਣ ਆ। ਇਹਦੇ ਨਾਲ ਵੀ ਜਿਹੜਾ ਕੀਟਨਾਸ਼ਕ ਆ ਉਹ ਬਹੁਤ ਵਧੀਆ, ਅਤੇ ਉਹਦੀ ਜਿਹੜੀ ਆ ਮਾਤਰਾ ਮਤਲਬ ਕਿ ਉਹ ਜ਼ਿਆਦਾ ਵਧੀਆ ਹੋ ਜਾਂਦੀ ਆ, ਜ਼ਿਆਦਾ ਸਟਰੋਂਗ ਹੋ ਜਾਂਦਾ ਲਸਣ ਦੇ ਨਾਲ। ਅਤੇ ਇਹਦੀ ਮਾਤਰਾ ਵੀ ਆਪਾਂ ਜਿਹੜੀ ਆ ਉਹ ਘੱਟ ਵਰਤਣੀ ਆ ਪਾਣੀ ਦੇ ਵਿੱਚ। ਇੱਕ ਜੇ ਤੁਸੀਂ 10 ਲੀਟਰ ਪਾਣੀ ਲੈਂਦੇ ਹੋ ਤਾਂ ਇਹਨੂੰ ਤੁਸੀਂ 1/2 ਲੀਟਰ ਹੀ ਪਾਉਣਾ ਆ ਸਪਰੇਅ ਕਰਨ ਲੱਗਿਆਂ। ਇਹ ਵੀ ਆਪਾਂ ਇਹਦੇ ਨਾਲ ਹੀ ਮਿਕਸ ਕਰ ਲਵਾਂਗੇ। ਇਹ ਬਹੁਤ ਵਧੀਆ ਜਿਹੜਾ ਕੀਟਨਾਸ਼ਕ ਆ ਉਹ ਤਿਆਰ ਹੁੰਦਾ ਵਾ। ਹੁਣ ਆਪਾਂ ਇਹਨੂੰ ਪਾਣੀ ਦੇ ਨਾਲ ਪਹਿਲਾਂ ਭਰ ਲਈਏ, ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਜਿਹੜੀ ਬੇਸਣ ਦੀ ਵਰਤੋਂ ਆ ਉਹ ਵੀ ਕਰਨੀ ਆ, ਤਾਂ ਕਿ ਕੀਟਨਾਸ਼ਕ ਦੇ ਨਾਲ ਨਾਲ ਜਿਹੜਾ ਇੱਕ ਇਹ ਵਧੀਆ ਔਰਗੈਨਿਕ ਜਿਹੜਾ ਵਾ ਫਰਟੀਲਾਈਜ਼ਰ ਵੀ ਬਣ ਜਾਵੇ ਅਤੇ ਆਪਣੇ ਪਲਾਂਟ ਨੂੰ ਜਿਹੜੀ ਤਾਕਤ ਆ ਉਹ ਵੀ ਦੇਵੇ। ਆਪਾਂ ਇਹਨੂੰ ਜੜ੍ਹਾਂ ਦੇ ਵਿੱਚ ਵੀ ਦੇ ਸਕਦੇ ਹਾਂ, ਜੜ੍ਹਾਂ ਦੇ ਵਿੱਚ ਦੇਣ ਦੀ ਮਾਤਰਾ ਵੀ ਉਹੀ ਰਹੂਗੀ, 10 ਲੀਟਰ ਪਾਣੀ ਦੇ ਸਕਦੇ ਹੋ। ਬੇਸਣ ਤੁਸੀਂ ਆਪਣੇ ਅੰਦਾਜ਼ੇ ਦੇ ਨਾਲ ਪਾ ਸਕਦੇ ਹੋ ਵੱਧ ਘੱਟ, ਜੇ ਜਿੰਨਾ ਕੁ ਤੁਸੀਂ ਆਪਣੇ ਕੋਲ ਆਸਾਨੀ ਦੇ ਨਾਲ ਤੁਹਾਡੇ ਕੋਲ ਹੋਵੇ ਤੁਸੀਂ ਉਨਾ ਕੁ ਵਰਤ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਸੀਂ ਜ਼ਿਆਦਾ ਹੀ ਪਾਉਣਾ ਵਾ, ਪਰ ਜੇ ਤੁਸੀਂ ਪਾਓਗੇ ਤਾਂ ਇਹਦੇ ਫਾਇਦੇ ਜਿਹੜੇ ਆ ਉਹ ਬਹੁਤ ਆ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਬੇਸਣ ਦੇ ਵਿੱਚ ਜਿਹੜੇ ਬਹੁਤ ਸਾਰੇ ਇਹੋ ਜਿਹੇ ਤੱਤ ਹੁੰਦੇ ਆ ਜਿਹੜੇ ਆਪਣੇ ਪਲਾਂਟ ਨੂੰ ਵੀ ਜ਼ਰੂਰੀ ਹੁੰਦੇ ਆ ਅਤੇ ਜਿਹੜੇ ਮਨੁੱਖੀ ਸਰੀਰ ਆ ਉਹਦੇ ਵਾਸਤੇ ਵੀ ਜ਼ਰੂਰੀ ਹੁੰਦੇ ਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਵਾਂਗੇ। ਪਾਣੀ ਦੇ ਵਿੱਚ ਦੇਖੋ ਡਰੰਮ ਜਿਹਾ ਭਰ ਦਿੱਤਾ ਵਾ ਅਤੇ 8-10 ਦਿਨ ਦੇ ਵਿੱਚ ਜਿਹੜਾ ਇਹ ਬਣ ਕੇ ਤਿਆਰ ਹੋ ਜਾਣਾ, ਫਿਰ ਤੁਸੀਂ ਇਹਦੀ ਆਰਾਮ ਦੇ ਨਾਲ ਜਿਹੜੀ ਵਰਤੋਂ ਆ ਉਹ ਆਪਣੇ ਪਲਾਂਟਸ ਦੇ ਵਿੱਚ ਕਰ ਸਕਦੇ ਹੋ। ਅਤੇ ਹੁਣ ਮੈਂ ਜਿਹੜਾ ਇਹਦੇ ਉੱਤੋਂ ਢੱਕਣ ਕੱਟਿਆ ਸੀਗਾ ਉਹਦੇ ਨਾਲ ਹੀ ਮੈਂ ਇਹਨੂੰ ਢੱਕ ਦੇਣਾ ਉੱਤੋਂ, ਅਤੇ ਇਹਨੂੰ ਪਾਉਣ ਦੀ ਮਾਤਰਾ ਆਪਾਂ ਤੁਹਾਨੂੰ ਦੱਸ ਦਿੱਤੀ ਆ, 10 ਲੀਟਰ ਪਾਣੀ ਦੇ ਵਿੱਚ 1 ਲੀਟਰ ਤੁਸੀਂ ਇਹਦੀ ਵਰਤੋਂ ਜਿਹੜੀ ਉਹ ਕਰ ਸਕਦੇ ਹੋ। ਇੱਕ ਵਾਰੀ ਇਹਨੂੰ ਤੁਸੀਂ ਵਰਤ ਕੇ ਜ਼ਰੂਰ ਦੇਖਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਦੇ ਨਾਲ ਕਿੰਨਾ ਕੁ ਫਾਇਦਾ ਹੋਇਆ। ਅਸੀਂ ਤਾਂ ਮਤਲਬ ਇਹਦੀ ਬਹੁਤ ਜਿਹੜੀ ਵਰਤੋਂ ਕਰਦੇ ਹਾਂ ਆਪਣੇ ਘਰ ਦੇ ਵਿੱਚ, ਆਪਣੇ ਗਮਲਿਆਂ ਦੇ ਵਿੱਚ ਜਿਹੜੇ ਲੱਗੇ ਹੋਏ ਫਰੂਟ ਪਲਾਂਟ ਆ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਹਦੀ ਇੱਕ ਵਾਰੀ ਵਰਤੋਂ ਜ਼ਰੂਰ ਕਰਕੇ ਦੇਖੋਗੇ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰੋ,
ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।